ਹਾਈਵੇ ਤੇ ਜਾ ਰਹੇ ਇੱਕ ਤੇਲ ਨਾਲ ਭਰੇ ਟੈਂਕਰ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ। ਪਰ ਅਸਲ ਵਜ੍ਹਾ ਕੀ ਹੈ, ਕਿਵੇਂ ਇਹ ਹਾਦਸਾ ਵਾਪਰਿਆ, ਤੁਹਾਨੂੰ ਪੂਰੀ ਕਹਾਣੀ ਦੱਸਦਿਆਂ। ਦਰਅਸਲ ਖੰਨਾ ਦੇ ਨੇੜੇ GT ਰੋਡ ਤੇ ਇਹ ਹਾਦਸਾ ਵਾਪਰਿਆ ਸੀ। ਤੇਲ ਨਾਲ ਭਰਿਆ ਇੱਕ ਟੈਂਕਰ ਸੀ ਜੋ ਗੋਬਿੰਦਗੜ੍ਹ ਵੱਲ ਨੂੰ ਜਾ ਰਿਹਾ ਸੀ, ਤਾਂ ਅਚਾਨਕ ਡਿਵਾਈਡਰ ਨਾਲ ਟਕਰਾ ਗਿਆ। ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਇਹ ਆਇਲ ਦਾ ਭਰਿਆ ਟੈਂਕਰ ਪਲਟ ਗਿਆ, ਜਿਸ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ, ਕਿਉਂਕਿ ਡੀਜ਼ਲ ਭਰਿਆ ਸੀ। ਇਸ ਕਰਕੇ ਅੱਗ ਬੇਹੱਦ ਭਿਆਨਕ ਸੀ ਅਤੇ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਕਿਵੇਂ ਅੱਗ ਦੇ ਭਾਂਬੜ ਮੱਚ ਰਹੇ ਨੇ, ਕਿਵੇਂ ਜਿਹੜੀਆਂ ਉੱਚੀਆਂ ਉੱਚੀਆਂ ਅੱਗ ਦੀਆਂ ਲਾਟਾਂ ਉੱਠ ਰਹੀਆਂ ਨੇ। ਪਰ ਇਸ ਦੇ ਵਿੱਚ ਵੱਡੀ ਗੱਲ ਇਹ ਹੈ ਕਿ ਡਰਾਈਵਰ ਅਤੇ ਕਲੀਨਰ ਸੀਗਾ ਜਿਹੜਾ, ਉਹ ਬਿਲਕੁਲ ਠੀਕ ਠਾਕ ਨੇ। ਡਰਾਈਵਰ ਦੀ ਉਂਗਲੀ 'ਤੇ ਥੋੜ੍ਹੀ ਜਿਹੀ ਸੱਟ ਹੈਗੀ ਹੈ, ਉਸ ਦੇ ਉਂਗਲੀ ਜ਼ਰੂਰ ਜਿਹੜੀ ਆ ਬਰਨ ਹੋਈ ਹੈ, ਪਰ ਪੂਰੀ ਤਰ੍ਹਾਂ ਦੇ ਨਾਲ ਠੀਕ ਨੇ ਅਤੇ ਮੁੱਢਲੀ ਸਹਾਇਤਾ ਲਈ ਹੋਸਪਿਟਲ ਪਹੁੰਚਾਇਆ ਗਿਆ ਹੈ। ਤਾਂ GT ਰੋਡ 'ਤੇ ਇਹ ਅੱਗ ਲੱਗੀ ਅਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਇਸ ਜੋ ਇਹ ਆਇਲ ਨਾਲ ਭਰਿਆ, ਤੇਲ ਨਾਲ ਭਰਿਆ ਟੈਂਕਰ ਹੈ, ਉਸਨੂੰ ਅੱਗ ਲੱਗੀ ਹੈ। ਮੌਕੇ 'ਤੇ ਪੁਲਿਸ ਦੇ ਉੱਚ ਅਧਿਕਾਰੀ ਪਹੁੰਚੇ ਨੇ, ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਜਿਸ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਪਰ ਡਰਾਈਵਰ ਅਤੇ ਕਲੀਨਰ ਹੈ ਜਿਹੜਾ, ਉਹ ਠੀਕ ਨੇ। ਹਾਲਾਂਕਿ ਦੇਖਣ ਨੂੰ ਇਹ ਲੱਗ ਰਿਹਾ ਸੀਗਾ ਕਿ ਉਹ ਵੀ ਬੁਰੀ ਤਰ੍ਹਾਂ ਦੇ ਨਾਲ ਝੁਲਸੇ ਹੋਣਗੇ, ਪਰ ਬਚਾਅ ਹੋਇਆ ਹੈ, ਕਿਉਂਕਿ ਜਦੋਂ ਹਾਦਸਾ ਹੋਇਆ ਪਹਿਲਾਂ ਜਿਹੜਾ ਡਿਵਾਈਡਰ ਨਾਲ ਟਕਰਾਇਆ, ਅਚਾਨਕ ਇਹ ਆਇਲ ਨਾਲ ਭਰਿਆ, ਤੇਲ ਨਾਲ ਭਰਿਆ ਟੈਂਕਰ ਫਿਰ ਪਲਟ ਗਿਆ। ਪਲਟਣ ਤੋਂ ਬਾਅਦ ਇਸ ਨੂੰ ਅੱਗ ਲੱਗੀ ਹੈ, ਜਿਸ ਕਰਕੇ ਥੋੜ੍ਹਾ ਸਮਾਂ ਮਿਲ ਗਿਆ। ਜਿਹੜੀਆਂ ਪਿੱਛੇ ਗੱਡੀਆਂ ਆ ਰਹੀਆਂ ਸੀਗੀਆਂ, ਜਿਹੜੀਆਂ ਨਾਲ ਤੋਂ ਗੱਡੀਆਂ ਗੁਜ਼ਰ ਰਹੀਆਂ ਸੀਗੀਆਂ, ਉਹ ਵੀ ਇੱਕਦਮ ਰੁਕ ਜਾਂਦੀਆਂ ਨੇ, ਪਿੱਛੇ ਹਟ ਜਾਂਦੀਆਂ ਨੇ, ਤਾਂ ਹੀ ਵੱਡਾ ਹਾਦਸਾ ਹੋਣ ਤੋਂ ਬਚਾ ਰਿਹਾ। ਪਰ ਹੇਠਾਂ ਜਿਹੜਾ ਫਲਾਈਓਵਰ ਹੈ, ਇਹ ਉਸ ਦੇ ਹੇਠਾਂ ਬਹੁਤ ਭੀੜ ਭਾੜ ਵਾਲਾ ਇਲਾਕਾ ਹੈ, ਆਲੇ ਦੁਆਲੇ ਵੀ ਇਸ ਦੇ ਬਹੁਤ ਸਾਰੀਆਂ ਦੁਕਾਨਾਂ ਨੇ, ਸ਼ੋਰੂਮਸ ਨੇ। ਪਰ ਅੱਗ ਭਾਵੇਂ ਭਿਆਨਕ ਸੀ, ਪਰ ਹੇਠਾਂ ਕੋਈ ਨੁਕਸਾਨ ਨਹੀਂ ਹੋਇਆ, ਕਿਉਂਕਿ ਫਲਾਈਓਵਰ ਉੱਚਾ ਸੀ। ਤਾਂ ਫਾਇਰ ਬ੍ਰਿਗੇਡ ਦੇ ਵੱਲੋਂ ਵੀ ਕਾਬੂ ਪਾ ਲਿਆ ਗਿਆ, ਅਤੇ ਅਚਾਨਕ ਇਹ ਦੱਸਿਆ ਜਾ ਰਿਹਾ ਹੈ ਕਿ ਡਿਵਾਈਡਰ ਨਾਲ ਇਹ ਅਚਾਨਕ ਤੇਲ ਨਾਲ ਭਰਿਆ ਟੈਂਕਰ ਹੈ ਜਿਹੜਾ, ਉਹ ਟਕਰਾਉਂਦਾ ਹੈ, ਪਲਟ ਜਾਂਦਾ ਹੈ ਅਤੇ ਅੱਗ ਲੱਗ ਜਾਂਦੀ ਹੈ। ਅੱਜ ਹੀ ਅਰਾਊਂਡ 12:30 ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ GT ਰੋਡ ਖੰਨਾ ਜਿਹੜਾ ਸਾਡਾ ਹਾਈਵੇ, ਉੱਥੇ ਆਇਲ ਟੈਂਕਰ ਜਾ ਰਿਹਾ ਸੀਗਾ। ਉਹਦੀ ਡਿਵਾਈਡਰ 'ਤੇ ਹੀ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ, ਡਿਵਾਈਡਰ ਸਾਈਡ 'ਤੇ ਹੀ ਟੱਚ ਹੋਈ ਹੈ ਉਹਦੀ ਟੈਂਕਰ, ਅਤੇ ਉਸ ਕਰਕੇ ਉਹਦੀ ਪੂਰੇ ਆਇਲ ਟੈਂਕਰ ਨੂੰ ਹੀ ਅੱਗ ਲੱਗ ਗਈ ਸੀ। ਮਤਲਬ ਕਿਸੇ ਨਾਲ ਕੋਲੀਜਨ ਨਹੀਂ ਹੈ, ਜੋ ਇਨਫੋਰਮੇਸ਼ਨ ਆਈ ਹੈ, ਅਤੇ ਉਸ ਕਰਕੇ ਕਿਉਂਕਿ ਇਟ ਵਾਸ ਫਿਲਡ ਵਿਦ ਆਇਲ, ਅਤੇ ਇਮੀਡੀਏਟਲੀ ਉਹਦੇ ਫਲੇਮਸ ਬਹੁਤ ਜ਼ਿਆਦਾ, ਤੁਸੀਂ ਦੇਖਿਆ ਹੀ ਹੈ ਕਿ ਇਟ ਵੈਂਟ ਅਪ ਇਨ ਫਲੇਮਸ। ਬਟ ਸਾਡੀ ਜਿਹੜੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਹੈ, ਅਸੀਂ ਇਮੀਡੀਏਟਲੀ ਐਕਟ ਅਪੋਨ ਕਰਕੇ ਫਾਇਰ ਟੈਂਡਰਸ ਵੀ ਬੁਲਾ ਲਏ ਸੀਗੇ, ਲੱਕੀਲੀ ਬਿਕੋਜ਼ ਮੰਡੀ ਗੋਬਿੰਦਗੜ੍ਹ ਵੀ ਨਾਲ ਹੀ ਹੈ ਖੰਨਾ ਦੇ, ਔਰ ਇੱਥੇ ਸਾਡੇ ਲੋਕਲੀ ਫਾਇਰ ਟੈਂਡਰਸ ਹੈ, ਅਤੇ 4 to 5 ਫਾਇਰ ਟੈਂਡਰਸ ਇਮੀਡੀਏਟਲੀ ਪਹੁੰਚ ਗਏ, ਅਤੇ ਅੱਗ ਨੂੰ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ ਬੁਝਾ ਲਿਆ ਗਿਆ ਹੈਗਾ, ਔਰ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੈ। ਜਿਹੜਾ ਡਰਾਈਵਰ ਅਤੇ ਇੱਕ ਹੋਰ ਸੀਗਾ, ਉਹ SMO ਖੰਨਾ ਦੀ ਵਰਜ਼ਨ ਦੇ ਜੋ ਉਹਨਾਂ ਨੇ ਰਿਪੋਰਟ ਦਿੱਤੀ ਹੈ, ਇੱਕ ਦੇ ਥੋੜ੍ਹੀ ਜਿਹੀ ਉਂਗਲ 'ਤੇ ਥੋੜ੍ਹੀ ਜਿਹੀ ਬਰਨ ਹੈਗਾ, ਔਰ ਦੂਜੇ ਦੇ ਕੋਈ ਵੀ ਐਕਸਟਰਨਲ ਇੰਜਰੀ ਨਹੀਂ ਹੈ, ਬੋਥ ਆਰ ਸਟੇਬਲ, ਐਂਡ ਥੋੜ੍ਹੀ ਐਂਗਜ਼ਾਇਟੀ ਜ਼ਰੂਰ ਹੈ ਇਸ ਤਰ੍ਹਾਂ ਦੇ ਐਕਸੀਡੈਂਟ 'ਚ, ਅਦਰਵਾਈਜ਼ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੈ। ਟ੍ਰੈਫਿਕ ਡਾਈਵਰਟ ਹੋ ਗਿਆ, ਬਿੰਗ ਹਾਈਵੇ ਥੋੜ੍ਹਾ ਬਹੁਤ ਇੱਥੇ ਇਨੀਸ਼ੀਅਲ ਜਾਮ ਲੱਗਿਆ ਸੀਗਾ, ਪਬਲਿਕ ਨੂੰ ਵੀ ਮੂਵ ਬਾਹਰ ਸਾਈਡ 'ਤੇ ਕਰ ਦਿੱਤਾ ਗਿਆ ਸੀ। ਸੋ ਥੈਂਕਫੁਲੀ ਐਵਰੀਥਿੰਗ ਇਜ਼ ਇਨ ਕੰਟਰੋਲ, ਔਰ ਹੁਣ ਕਰੇਨ ਵਗੈਰਾ ਵੀ ਆ ਗਈ ਹੈ, ਔਰ ਫਾਇਰ ਟੈਂਡਰਸ ਆਈ ਜਾ ਰਹੇ, ਐਂਡ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਇਹਨੂੰ ਕਲੀਅਰ ਕਰ ਦਈਏ। ਹਾਂਜੀ, ਕੰਪਨੀ ਜੀ ਹਲੇ ਤਾਂ ਬਿਲਕੁਲ ਹੀ ਝੁਲਸਿਆ ਪਿਆ ਹੈ, ਬਟ ਸ਼ਾਇਦ ਮੰਡੀ ਗੋਬਿੰਦਗੜ੍ਹ ਦੀ ਤਰਫ ਜਾ ਰਿਹਾ ਸੀਗਾ। ਮੈਡਮ, ਪੈਟਰੋਲ ਸੀ ਜਾਂ ਡੀਜ਼ਲ ਸੀਗਾ ਜੀ? ਇਟਸ ਟੂ ਇਨੀਸ਼ੀਅਲ ਫੋਰ ਮੀ ਟੂ ਟੈਲ। ਪੋਜ਼ਿਟਿਵ ਗੱਲ ਇਹ ਹੈ ਕਿ ਜੀ ਕਾਬੂ ਪਾ ਲਿਆ ਹੈ, ਅਤੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੈ। ਟ੍ਰੈਫਿਕ ਡਰਾਈਵਰ
ਟ੍ਰੈਫਿਕ ਤਾਂ ਜੀ ਇਮੀਡੀਏਟਲੀ ਡਾਇਵਰਟ ਪਹਿਲਾਂ ਕਰਤੀ ਸੀ, ਹੁਣ ਵੀ ਬੰਦ ਹੀ ਹੈਗੀ ਆ, ਬਟ ਇਹ ਜਿਹੜੀ ਟੈਕਨੀਕਲ ਗੰਨ ਹੈ ਅਸੀਂ ਚੈੱਕ ਕਰ ਲੈਂਦੇ, ਇਹਦਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਕਿ ਮੈਡਮ ਇੰਨੀ ਦੇਰ ਅੱਗ ਲੱਗੀ ਹੇਠਾਂ ਪੁਲ ਦੇ ਲੈਂਟਰ ਨੂੰ ਡੈਮੇਜ ਹੋ ਸਕਦਾ, ਨੈਸ਼ਨਲ ਹਾਈਵੇ ਤੋਂ ਕੋਈ ਇੰਸਪੈਕਸ਼ਨ ਕਰਾਈ ਹੋਗੀ? ਇਟ ਇਜ਼ ਯੂਜ਼ੇਬਲ ਜੀ, ਡੈਫੀਨੇਟਲੀ ਕਰਾ ਲਾਂਗੇ, ਤੁਹਾਡਾ ਵਧੀਆ ਸੁਜੈਸ਼ਨ ਹੈ, ਅਸੀਂ ਉਹਨਾਂ ਨੂੰ ਬੁਲਾ ਲਾਂਗੇ। ਥੈਂਕ ਯੂ।